ਜੀ ਆਹ ਨਵਾਂ ਪਟਾਕਾ ਪੈ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਐਮ ਐਲ ਏ ਤੇ ਇਹ ਵੱਡਾ ਦੋਸ਼ ਲੱਗ ਰਿਹਾ ਕਿ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਉਹ ਆਪਦੇ ਬੰਦਿਆਂ ਨੂੰ ਕਈ ਤਰੀਕਿਆਂ ਨਾਲ ਸਰਪੰਚ ਬਣਾ ਰਹੇ ਨੇ ਔਰ ਕਈ ਥਾਵਾਂ 'ਤੇ ਸਰਬਸੰਮਤੀਆਂ ਧੱਕੇ ਨਾਲ ਕਰਵਾ ਰਹੇ ਨੇ। ਅਤੇ ਆਹ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੈਤੋ ਤੋਂ, ਪਿੰਡ ਢਿਲਵਾਂ ਤੋਂ। ਜੈਤੋ ਦੇ ਜਿਹੜੇ ਐਮ ਐਲ ਏ ਨੇ ਅਮੋਲਕ ਸਿੰਘ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ, ਜਿਹਦੇ ਵਿੱਚ ਐਮ ਐਲ ਏ ਸਾਹਿਬ ਇਹ ਕਹਿ ਰਹੇ ਨੇ ਵੀ ਆਹ ਦੇਖੋ ਜੀ, ਆਹ ਸਾਡਾ ਬੰਦਾ, ਪਿਛਲੀ ਵਾਰ ਸਾਡੇ ਬੰਦਿਆਂ ਨੂੰ ਸਰਪੰਚੀ ਦੀਆਂ ਚੋਣਾਂ 'ਚੋਂ ਬਾਹੂ ਫੜ ਫੜ ਕੇ ਕੱਢਿਆ ਗਿਆ ਅਤੇ ਇਸ ਵਾਰ ਅਸੀਂ ਉਮੀਦਵਾਰ ਨਹੀਂ ਬਲਕਿ ਇਹ ਸਾਡਾ ਸਰਪੰਚ ਹੀ ਹੈ ਜਿਹੜਾ ਆਹ ਮੁੰਡਾ ਨਾਲ ਖੜ੍ਹਾ ਹੈ। ਇਹ ਵੀਡੀਓ ਦੇ ਵਿੱਚ ਵਿਧਾਇਕ ਐਮ ਐਲ ਏ ਅਮੋਲਕ ਸਿੰਘ ਬੋਲ ਰਿਹਾ ਅਤੇ ਨਾਲੇ ਚੈਲੰਜ ਕੀਤਾ ਵਿਰੋਧੀਆਂ ਨੂੰ ਅਮੋਲਕ ਸਿੰਘ ਨੇ, ਕਹਿੰਦਾ ਵੀ ਹੁਣ ਆਓ ਇੱਥੇ, ਤੁਹਾਨੂੰ ਬੰਦੇ ਬਣਾ ਕੇ ਦਿਖਾਈਏ। ਕਹਿੰਦਾ ਬੰਦੇ ਬਣਾ ਦਾਂਗੇ ਤੁਹਾਨੂੰ ਬੰਦੇ। ਅਤੇ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਮੁੱਦਾ ਚੁੱਕ ਲਿਆ, ਮੀਡੀਆ 'ਚ ਵੀ ਚਰਚਾ ਭੱਖ ਗਈ ਹੈ ਕਿ ਐਮ ਐਲ ਏ ਸਿੱਧਾ ਹੀ ਲੋਕਾਂ ਨੂੰ ਧਮਕੀ ਦੇਣ 'ਤੇ ਉੱਤਰ ਆਇਆ। ਇਹ ਸਵਾਲ ਚਰਚਾ 'ਚ ਨੇ ਕਿ ਜੇ ਪਹਿਲਾਂ ਵਾਲੀਆਂ ਪਾਰਟੀਆਂ ਨੇ ਗਲਤ ਕੀਤਾ, ਧੱਕਾ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਹੂੰਜ ਕੇ ਪਾਸੇ ਕੀਤਾ। 92 ਐਮ ਐਲ ਏ ਇੱਕੋ ਪਾਰਟੀ ਆਮ ਆਦਮੀ ਪਾਰਟੀ ਦੇ ਬਣਾਏ ਨੇ ਔਰ ਪਹਿਲਾਂ ਵਾਲੀਆਂ ਪਾਰਟੀਆਂ ਵੇਖੋ ਧੱਕਾ ਕਰਦੀਆਂ ਰਹੀਆਂ ਨੇ, ਇਹ ਗੱਲ ਸਪਸ਼ਟ ਹੈ। ਅਕਾਲੀ, ਕਾਂਗਰਸੀ, ਬੀਜੇਪੀ ਦੇ ਰਾਜ 'ਚ ਧੱਕਾ ਚੱਲਦਾ ਰਿਹਾ ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਆਹ ਜਿਹੜਾ ਕੁਛ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਇਹਦੇ ਉੱਪਰ ਬਹੁਤ ਵੱਡੀ ਚਰਚਾ ਭੱਖ ਗਈ ਹੈ। ਸਵਾਲ ਉੱਠ ਪਏ ਨੇ ਕਿ ਐਮ ਐਲ ਏ ਅਮੋਲਕ ਸਿੰਘ ਕੀ ਧੱਕੇ ਨਾਲ ਆਪਦਾ ਸਰਪੰਚ ਬਣਾ ਰਿਹਾ, ਕੀ ਐਮ ਐਲ ਏ ਅਮੋਲਕ ਸਿੰਘ ਲੋਕਾਂ ਨੂੰ ਆਜ਼ਾਦੀ ਨਾਲ ਵੋਟਾਂ ਪਾਉਣ ਤੋਂ ਰੋਕ ਕੇ ਔਰ ਆਪਦੀ ਸਰਕਾਰ ਜਾਂ ਆਪਦੇ ਐਮ ਐਲ ਏ ਹੋਣ ਦਾ ਵਿਖਾਵਾ ਕਰਕੇ ਅਤੇ ਚੋਣ ਪ੍ਰਕਿਰਿਆ 'ਚ ਵਿਘਣ ਪਾ ਰਿਹਾ, ਕੀ ਐਮ ਐਲ ਏ ਸਾਹਿਬ ਲੋਕਾਂ ਨੂੰ ਧੌਂਸ ਪਾ ਕੇ ਡਰਾਉਣਾ ਚਾਹੁੰਦਾ ਵੀ ਆਹ ਸਾਡਾ ਬੰਦਾ ਇਹਨੂੰ ਜਿਤਾ ਦਿਓ ਨਹੀਂ ਤਾਂ ਫਿਰ ਸਾਡੀ ਸਰਕਾਰ ਆ ਅਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਵਿਰੋਧੀਆਂ ਦੇ ਬਹਾਨੇ, ਵਿਰੋਧੀਆਂ ਨੂੰ ਚੈਲੰਜ ਕਰਨ ਦੇ ਬਹਾਨੇ ਕੀ ਐਮ ਐਲ ਏ ਸਾਹਿਬ ਆਮ ਵੋਟਰਾਂ ਨੂੰ, ਪਬਲਿਕ ਨੂੰ ਡਰਾਉਣਾ ਚਾਹੁੰਦਾ? ਇਹ ਵੱਡੇ ਸਵਾਲ ਭੱਖ ਗਏ ਨੇ ਔਰ ਐਮ ਐਲ ਏ ਅਮੋਲਕ ਸਿੰਘ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੁਬਾਰਾ ਫਿਰ ਮੈਂ ਦੱਸ ਦਿਆਂ, ਐਮ ਐਲ ਏ ਨੇ ਸਿੱਧੇ ਰੂਪ 'ਚ ਵੀਡੀਓ 'ਚ ਕਿਹਾ, ਕਹਿੰਦਾ ਵੀ ਪਿਛਲੀ ਵਾਰ ਇਹਨਾਂ ਸਾਡੇ ਬੰਦਿਆਂ ਨੂੰ ਵੋਟਾਂ ਦੇ ਵਿੱਚੋਂ ਬਹੁਤ ਫੜ ਕੇ ਪਾਸੇ ਕੀਤਾ ਅਤੇ ਇਸ ਵਾਰ ਕਹਿੰਦਾ ਮੈਂ ਕਹਿੰਦਾ ਇਹ ਸਾਡਾ ਸਰਪੰਚ ਦਾ ਉਮੀਦਵਾਰ ਨਹੀਂ ਬਲਕਿ ਇਹ ਸਾਡੇ ਵੱਲੋਂ ਸਰਪੰਚ ਹੈ, ਇਹ ਗੱਲ ਬੋਲ ਰਿਹਾ ਐਮ ਐਲ ਏ ਵੀਡੀਓ 'ਚ। ਦੂਜੀ ਗੱਲ ਕਹਿ ਰਿਹਾ ਕਿ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਚੈਲੰਜ ਕਰਕੇ ਕਹਿ ਰਿਹਾ ਕਿ ਆ ਜਾਓ ਜਿੱਥੇ ਮਰਜ਼ੀ, ਤੁਹਾਨੂੰ ਅਸੀਂ ਹੁਣ ਬੰਦੇ ਬਣਾਵਾਂਗੇ, ਤਾਂ ਸਟੇਜ ਤੋਂ ਇੱਕ ਤਰ੍ਹਾਂ ਨਾਲ ਇਹ ਸਿੱਧੀ ਧਮਕੀ ਜਿਹੜੀ ਹੈ ਉਹ ਜਾਪਦੀ ਹੈ, ਹੈਗੀ ਵੀ ਹੈ। ਵੇਖੋ ਵਿਰੋਧੀਆਂ ਨੇ ਪਹਿਲਾਂ ਕਈ ਕੁਛ ਗਲਤ ਕੀਤਾ, ਕੁਚਲਿਆ, ਸਰਪੰਚੀ ਦੇ ਇਲੈਕਸ਼ਨਾਂ 'ਚ ਧੱਕੇ ਨਾਲ ਵੀ ਸਰਟੀਫਿਕੇਟ ਦੇਣ ਦੀਆਂ ਬਹੁਤ ਖਬਰਾਂ ਆਉਂਦੀਆਂ ਰਹੀਆਂ ਨੇ ਪਰ ਹੁਣ ਆਮ ਆਦਮੀ ਪਾਰਟੀ 'ਤੇ ਵੀ ਇਹੀ ਦੋਸ਼ ਨੇ। ਆਮ ਆਦਮੀ ਪਾਰਟੀ ਦੇ ਉੱਪਰ ਇਹ ਦੋਸ਼ ਨੇ ਕਿ ਬੜੇ ਸਾਰੇ ਪਿੰਡਾਂ 'ਚ ਸਰਬਸੰਮਤੀਆਂ ਨਹੀਂ ਹੋ ਰਹੀਆਂ, ਐਮ ਐਲ ਏ ਸਿੱਧੇ ਰੂਪ 'ਚ ਦਖਲ ਦੇ ਕੇ ਆਪਣੇ ਸਰਪੰਚ ਥਾਪ ਰਹੇ ਨੇ ਅਤੇ ਕਿਹਾ ਜਾ ਰਿਹਾ ਸਰਬਸੰਮਤੀ ਹੋ ਗਈ ਅਤੇ ਪਿੰਡਾਂ ਦੇ ਵਿੱਚ ਸਰਕਾਰ ਉਹਨਾਂ ਦੀ ਹੋਣ ਕਰਕੇ, ਚੱਲਦੀ ਉਹਨਾਂ ਦੀ ਹੋਣ ਕਰਕੇ ਲੋਕ ਚੁੱਪ ਨੇ, ਬੋਲ ਨਹੀਂ ਰਹੇ। ਇਹ ਵੱਡੀ ਚਰਚਾ ਹੈ ਔਰ ਦੇਖੋ
ਤੁਹਾਡਾ ਇਹਦੇ 'ਤੇ ਕੀ ਕਹਿਣਾ ਹੈ? ਆਪਣਾ ਕਮੈਂਟ ਜ਼ਰੂਰ ਲਿਖਿਓ, ਆਪਣਾ ਵਿਚਾਰ ਜ਼ਰੂਰ ਲਿਖਿਓ, ਕਿਉਂਕਿ ਜਨਤਾ ਬਹੁਤ ਸਿਆਣੀ ਹੁੰਦੀ ਹੈ। ਪਰ ਜਿਹੜਾ ਕੁਛ ਇਹ MLA ਸਾਹਿਬ ਬੋਲ ਰਹੇ ਨੇ, ਮੈਨੂੰ ਵੀ ਲੱਗਾ ਵੀ ਇਹ ਬਿਲਕੁਲ ਗੈਰ ਲੋਕਤੰਤਰੀ ਹੈ, ਇਹ ਗਲਤ ਹੈ। ਹੁਣ ਜਿਹੜੇ ਕਾਂਗਰਸ ਦੇ ਆਗੂ ਹੈ ਪ੍ਰਤਾਪ ਬਾਜਵਾ, ਅੱਜ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਦੇ ਉੱਪਰ ਕਾਫੀ ਬੋਲਿਆ। ਉਹ ਕਹਿੰਦੇ ਕਿ ਧੱਕੇਸ਼ਾਹੀ ਕਰ ਰਹੇ ਨੇ ਇਹ, ਚੋਣਾਂ ਦੇ ਵਿੱਚ ਧੱਕੇ ਨਾਲ ਆਪਦੇ ਸਰਪੰਚ ਥਾਪ ਰਹੇ ਨੇ। ਉਹ ਇੱਥੋਂ ਤੱਕ ਕਹਿੰਦੇ ਕਿ ਚੋਣ ਕਮਿਸ਼ਨ ਨੂੰ ਦਖਲ ਦੇ ਕੇ ਇਹ ਸਾਰਾ ਕੁਛ ਰੋਕਣਾ ਚਾਹੀਦਾ। ਉੱਧਰ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ, ਉਹਨਾਂ ਨੇ ਸਪਸ਼ਟ ਰੂਪ 'ਚ ਕਿਹਾ ਵੀ ਅਸੀਂ ਤੁਹਾਡੀ ਚੁਣੌਤੀ ਕਬੂਲ ਕਰਦੇ ਹਾਂ। ਅਮੋਲਕ ਸਿੰਘ MLA ਨੂੰ ਉਹਨਾਂ ਨੇ ਕਿਹਾ ਕਿ ਸਾਡੇ ਬੰਦੇ ਚੋਣ ਲੜਨਗੇ, ਲੈ ਤੂੰ ਜੋ ਕਰਨਾ ਕਰਕੇ ਵਿਖਾ, ਅਸੀਂ ਤੇਰੇ ਅੱਗੇ ਖੜਾਂਗੇ। ਇਹ ਗੱਲ ਅਕਾਲੀ ਦਲ ਨੇ ਕਹਿਤੀ ਹੈ। ਇੱਕ ਤਰ੍ਹਾਂ ਨਾਲ ਅਕਾਲੀ ਦਲ ਨੇ ਅਮੋਲਕ ਸਿੰਘ ਦੀ ਦਿੱਤੀ ਚੁਣੌਤੀ ਜਿਹੜੀ ਆ ਉਹ ਕਬੂਲ ਲਈ ਆ। ਪਰ ਇਹ ਤਾਂ ਹੋ ਗਈ ਸਿਆਸਤ, ਆਮ ਲੋਕਾਂ ਦੇ ਸੋਚਣ ਦਾ ਕੀ ਸਵਾਲ ਹੈ? ਮਿੱਤਰੋ, ਆਪਣੇ ਸੋਚਣ ਦਾ ਸਵਾਲ ਇਹ ਹੈ, ਆਖੇ ਉੱਕਣੀ ਮੁੱਕਣੀ ਕਿੰਨਾ ਕੁ ਭਾਰ ਅਤੇ ਇੱਕ ਮੁੱਠ ਚੁੱਕ ਲਾ ਦੂਜੀ ਤਿਆਰ। ਕਹਿੰਦੇ ਆ ਨਾ ਕਿ ਉਹੀ ਹਾਲਾਤ ਜਿਹੜੀ ਆ ਉਹ ਫਿਰ ਵੇਖਣ ਨੂੰ ਮਿਲ ਰਹੀ ਹੈ। ਹੋਣਾ ਤਾਂ ਚਾਹੀਦਾ ਸੀ ਕਿ ਆਮ ਆਦਮੀ ਪਾਰਟੀ ਆਪਦੇ ਕੰਮਾਂ ਦੇ ਨਾਲ ਲੋਕਾਂ ਦੇ ਦਿਲ ਜਿੱਤਦੀ, ਅਤੇ ਅੱਜ ਲੋਕ ਇਹ ਕਹਿ ਰਹੇ ਹੁੰਦੇ ਕਿ ਦੇਖੋ ਜੀ ਉਹ ਪਿਛਲਿਆਂ ਨੇ ਬੇੜਾ ਗਰਕ ਕੀਤਾ, ਉਹਨਾਂ ਨੇ ਸਾਨੂੰ ਬਹੁਤ ਦੁੱਖ ਦਿੱਤੇ, ਅਤੇ ਆਹ ਆਈ ਹੈ ਆਮ ਆਦਮੀ ਪਾਰਟੀ, ਅਸੀਂ ਜਿਤਾਇਆ, ਉਹਨਾਂ ਨੇ ਨਸ਼ਾ ਵੀ ਖਤਮ ਕਰਤਾ, ਬੇਰੁਜ਼ਗਾਰੀ ਵੀ ਖਤਮ ਕਰਤੀ, ਕੱਚੇ ਮੁਲਾਜ਼ਮ ਪੱਕੇ ਕਰਤੇ, ਭ੍ਰਿਸ਼ਟਾਚਾਰ ਖਤਮ ਕਰਤਾ, ਸੱਚੀ ਯਾਰ ਰੰਗਲਾ ਪੰਜਾਬ ਬਣਾਤਾ। ਲੋਕਾਂ ਨੂੰ ਦਿਖਣਾ ਚਾਹੀਦਾ ਸੀ, ਦੇਖ ਕਿਹਨੂੰ ਰਿਹਾ? ਆਮ ਆਦਮੀ ਪਾਰਟੀ ਦੇ MLA ਨੂੰ, ਮੰਤਰੀਆਂ ਨੂੰ ਅਤੇ ਲੀਡਰਾਂ ਨੂੰ ਤਾਂ ਰੰਗਲਾ ਪੰਜਾਬ ਦੇਖ ਰਿਹਾ, ਪਰ ਬਾਕੀ ਪੰਜਾਬੀ ਕਹਿੰਦੇ ਨੇ ਵੀ ਕੀਤਾ ਹੀ ਕੁਛ ਨਹੀਂ। ਜਿਹੜੀ ਮਰਜ਼ੀ ਔਰਤ ਨੂੰ ਪੁੱਛ ਲਓ, ਕਹਿੰਦੀ ਸਾਨੂੰ ਤਾਂ 1000 ਰੁਪਈਏ ਦਾ ਲਾਰਾ ਦੇ ਕੇ ਠੱਗਿਆ, ਅਤੇ ਅੱਧੇ ਨਾਲੋਂ ਵੱਧ ਇਹਨਾਂ ਦੀ ਸਰਕਾਰ ਦਾ ਟਾਈਮ ਬੀਤ ਗਿਆ, ਕੀਤਾ ਇਹਨਾਂ ਨੇ ਅਜੇ ਸਾਡੇ ਲਈ ਕੱਖ ਨਹੀਂ। ਬੇਰੁਜ਼ਗਾਰ ਕਹਿੰਦੇ ਨੇ ਹਜ਼ਾਰਾਂ ਥਾਵਾਂ 'ਤੇ ਇਹਨਾਂ ਤੋਂ ਵੀ ਡਾਂਗਾ ਖਾਲੀਆਂ ਪਹਿਲਾਂ ਵਾਲਿਆਂ ਤੋਂ ਵੀ ਖਾਂਦੇ ਰਹੇ ਹਾਂ। ਜਿਹੜੇ ਕੱਚੇ ਮੁਲਾਜ਼ਮ ਨੇ ਉਹ ਕਹਿੰਦੇ ਆ ਪਹਿਲਾਂ ਵਾਲਿਆਂ ਨੇ ਵੀ ਸਾਨੂੰ ਲਾਰੇ ਲੈ ਕੇ ਪੱਕੇ ਨਹੀਂ ਕੀਤਾ, ਇਹਨਾਂ ਨੇ ਵੀ ਨਹੀਂ ਕੀਤਾ। ਜੇਕਰ ਨਸ਼ੇ ਪੱਖੋਂ ਲੋਕਾਂ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਆ ਬੁਰਾ ਹਾਲਾਤ ਆ, ਨਸ਼ੇ ਨਾਲ ਉੱਦਾਂ ਹੀ ਮੌਤਾਂ, ਉਵੇਂ ਹੀ ਚੱਲੀ ਜਾਂਦਾ, ਸਾਰਾ ਕੁਛ ਉਵੇਂ ਆ। ਤਾਂ ਮੈਨੂੰ ਲੱਗਦਾ ਕਿ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਦਿਲ ਜਿੱਤ ਕੇ ਵਿਖਾਉਣਾ ਚਾਹੀਦਾ ਸੀ। ਮਤਲਬ ਲੋਕ ਆਪਣੇ ਆਪ ਕਹਿੰਦੇ ਵੀ ਜਿਹੜਾ ਯਾਰ ਆਮ ਆਦਮੀ ਪਾਰਟੀ ਨਾਲ ਜੁੜਿਆ ਨਾ ਆਪਣੇ ਪਿੰਡੋਂ ਬੰਦਾ, ਉਹਨੂੰ ਬਣਾਈਏ ਸਰਪੰਚ। ਆਪਣੇ ਆਪ ਲੋਕ ਇੰਝ ਕਰਦੇ, ਇੱਦਾਂ ਦਾ ਰਾਜ, ਇੱਦਾਂ ਦੀਆਂ ਨੀਤੀਆਂ ਆਮ ਆਦਮੀ ਪਾਰਟੀ ਨੂੰ ਦਿਖਾਉਣੀਆਂ ਚਾਹੀਦੀਆਂ ਸੀ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਇਨਕਲਾਬ ਦਾ, ਕ੍ਰਾਂਤੀ ਦਾ, ਉਹ ਲਿਆਉਣੀ ਵੀ ਚਾਹੀਦੀ ਸੀ। ਪਰ ਵਟ ਇਜ਼ ਦਾ ਰੈਵੋਲੂਸ਼ਨ, ਇਨਕਲਾਬ ਕੀ ਹੁੰਦਾ ਹੈ? ਮੈਨੂੰ ਲੱਗਦਾ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ। ਮੇਰੇ ਨਾਲ ਤਾਂ ਸਾਰੇ ਹੀ ਸਿਆਣੇ ਨੇ, ਪਰ ਇਹ ਜਿਹੜੀ ਡੈਫੀਨੇਸ਼ਨ ਆ ਇਨਕਲਾਬ ਦੀ, ਵੀ ਇਨਕਲਾਬ ਦਾ ਮਤਲਬ ਹੁੰਦਾ ਮੁੱਢੋਂ ਸੁੱਢੋਂ ਤਬਦੀਲੀ, ਹੇਠਲੀ ਉੱਤੇ ਸਾਰਾ ਕੁਛ ਬਦਲ ਦੇਣਾ, ਇੱਕ ਬਹੁਤ ਵੱਡੀ ਕ੍ਰਾਂਤੀ, ਜਿੱਥੇ ਪਹਿਲਾਂ ਅਮੀਰ ਅਤੇ ਗਰੀਬ ਦੇ ਪਾੜੇ ਖਤਮ ਹੋ ਜਾਣ, ਸਾਰਾ ਸਿਸਟਮ ਜਿਹੜਾ ਉਹ ਬਦਲ ਦਿੱਤਾ ਜਾਏ। ਇਨਕਲਾਬ ਤਾਂ ਚੀਜ਼ ਹੀ ਵੱਖਰੀ ਆ। ਭਗਤ ਸਿੰਘ ਹੋਰਾਂ ਅਤੇ ਉਹਨਾਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਜਿਹੜਾ ਐਲਾਨਨਾਮਾ ਉਹ ਪੜ੍ਹ ਕੇ ਦੇਖੋ ਵੀ ਇਨਕਲਾਬ ਹੁੰਦਾ ਕੀ ਹੈ।
ਇਨਕਲਾਬ ਦੇ ਵਿੱਚ ਵੱਡੇ ਵੱਡੇ ਪੂੰਜੀਪਤੀ, ਵੱਡੀਆਂ ਵੱਡੀਆਂ ਕੰਪਨੀਆਂ, ਵੱਡੇ ਵੱਡੇ ਸਰਮਾਏਦਾਰਾਂ ਦੇ ਪ੍ਰੋਜੈਕਟ ਨਹੀਂ ਰਹਿ ਸਕਦੇ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸੱਦੇ ਦੇ ਦੇ ਕਹਿੰਦੀ ਹੈ ਵੀ ਆਓ ਸਾਡੇ ਪੰਜਾਬ 'ਚ ਫੈਕਟਰੀਆਂ ਲਾਓ ਅਤੇ ਰੁਜ਼ਗਾਰ ਦਿਓ। ਇਨਕਲਾਬ ਜਿਹੜਾ ਭਗਤ ਸਿੰਘ ਹੋਰਾਂ ਦਾ, ਉਹ ਤਾਂ ਸਾਰਾ ਕੁਛ ਉਹਨੂੰ ਖਤਮ ਕਰਨਾ ਚਾਹੁੰਦਾ, ਉਹ ਤਾਂ ਬਰਾਬਰੀ, ਆਰਥਿਕ ਬਰਾਬਰੀ ਦੀ ਗੱਲ ਕਰਦਾ। ਚਲੋ ਜੇ ਭਗਤ ਸਿੰਘ ਹੋਰਾਂ ਇਨਕਲਾਬ ਨਹੀਂ, ਜੇ ਇਹਨਾਂ ਦਾ ਕੋਈ ਆਪਦਾ ਸੀ ਉਹ ਤਾਂ ਕਰਨਾ ਚਾਹੀਦਾ ਸੀ। ਖੈਰ, ਆਹ ਜਿਹੜੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ, ਆਹ ਜੋ ਕੁਛ ਸਰਪੰਚੀ ਦੇ ਇਲੈਕਸ਼ਨ 'ਚ ਆ ਰਿਹਾ, ਇਹ ਬਹੁਤ ਮੰਦਭਾਗਾ। ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਣਾ, ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੋਣਾ। ਆਮ ਆਦਮੀ ਪਾਰਟੀ ਸੋਚ ਰਹੀ ਹੋਊਗੀ ਵੀ ਪਿੰਡਾਂ 'ਚ ਅਸੀਂ ਸਰਪੰਚ ਬਣਾ ਲਏ, ਪਿੰਡਾਂ 'ਚ ਅਸੀਂ ਹੱਥ ਪਾ ਲੈਣਾ ਅਤੇ ਫਿਰ ਅਗਲੀ ਸਰਕਾਰ ਵੀ ਸਾਡੀ ਬਣ ਜੂ। ਪਰ ਨਾ ਨਾ ਨਾ, ਇੰਝ ਨਹੀਂ ਹੁੰਦਾ। ਜੇ ਆਮ ਲੋਕਾਂ ਦੇ ਦਿਲਾਂ 'ਚੋਂ ਹੀ ਨਿਕਲ ਗਏ, ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਆਹ ਤਾਂ ਉਹਨਾਂ ਨੇ ਥਾਪਿਆ, ਅਤੇ ਯਾਰ ਲੋਕਤੰਤਰ ਹੀ ਨਹੀਂ ਛੱਡਿਆ ਇਹਨਾਂ ਨੇ। ਹੁਣ ਤਾਂ ਵੇਖੋ ਮੋਬਾਈਲਾਂ ਦਾ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹੁਣ ਲੋਕ ਸੋਚਣ ਲੱਗ ਪਏ। ਪਹਿਲਾਂ ਬਾਦਲਾਂ ਦੇ ਜ਼ਮਾਨੇ 'ਚ ਤਾਂ ਬੜਾ ਕੁਛ ਚੱਲੀ ਚੁੱਲੀ ਗਿਆ, ਉਹਨਾਂ ਨੇ ਸੋਚਣ ਸਾਚਣ ਹੀ ਨਹੀਂ ਦਿੱਤਾ ਲੋਕਾਂ ਨੂੰ ਕੁਝ, ਹੁਣ ਉਹ ਤਾਂ ਦੌਰ ਰਿਹਾ ਨਹੀਂ। ਆਮ ਆਦਮੀ ਪਾਰਟੀ ਜੇ ਜੈਨੂਅਨ ਚੱਲਦੀ ਤਾਂ ਹੀ ਅਗਲੀ ਵਾਰ ਫਾਇਦਾ ਹੋ ਸਕਦਾ ਸੀ। ਪਰ ਆਮ ਆਦਮੀ ਪਾਰਟੀ, ਜੇਕਰ ਆ ਅਮੋਲਕ ਸਿੰਘ ਹੋਰਾਂ ਵਾਲੀ ਵੀਡੀਓ ਜੇ ਸਹੀ ਹੈ, ਤਾਂ ਆਮ ਆਦਮੀ ਪਾਰਟੀ ਆਪਦਾ ਮਾਂਜਾ ਮਾਰ ਰਹੀ ਹੈ, ਆਪਦਾ ਫੱਟੀ ਪੋਚ ਰਹੀ ਹੈ, ਆਪਦੀ ਬੇੜੀ ਡੋਬ ਰਹੀ ਹੈ। ਸੁਖਬੀਰ ਬਾਦਲ ਵੀ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਾਂਗੇ। ਵਿਚਾਰਾ ਹੁਣ 5 MLA ਨੂੰ ਤਰਸਦਾ ਫਿਰਦਾ ਪੰਜਾਬ 'ਚ ਵੀ ਹਾਏ ਸਾਡੇ 5 ਜਿੱਤ ਜਾਣ ਕਿਤੇ। ਮੈਂ ਕਹਿਣ ਵਾਲਾ ਬਣਾ ਵੀ ਸਾਡੇ 5 ਜਿੱਤੇ ਨੇ, 117 'ਚੋਂ 5 MLA ਨੂੰ ਤਰਸ ਰਿਹਾ ਸੁਖਬੀਰ ਬਾਦਲ ਸਾਹਿਬ, ਅਤੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਰਹੇ। ਆਮ ਆਦਮੀ ਪਾਰਟੀ ਨੂੰ ਇੰਝ ਲੱਗਦਾ ਵੀ ਪੰਜਾਬ ਤਾਂ ਹੁਣ ਸਾਡੀ ਵਜ਼ਾਰਤ ਬਣ ਗਿਆ, ਪਰਜਾ ਬਣ ਗਿਆ, ਪਰ ਨਾ, ਝੂਠੀ ਆ ਗੱਲ। ਇਹ ਕੰਧ 'ਤੇ ਲਿਖਿਆ ਪੜ੍ਹਨਾ ਚਾਹੀਦਾ ਲੋਕ ਕੀ ਕਹਿ ਰਹੇ ਨੇ। ਭਰਾਓ, ਲੋਕ ਵੱਡੀ ਗਿਣਤੀ ਇਹ ਕਹਿ ਰਹੇ ਨੇ ਵੀ ਇਹਨਾਂ ਨੇ ਤਾਂ ਪੁਰਾਣੇ ਮਾੜੇ ਸੀ ਉਹਨਾਂ ਨੂੰ ਚੰਗੇ ਕਹਾਤਾ। ਇਹ ਗੱਲਾਂ ਜਥੇਬੰਦੀਆਂ ਵੀ ਕਹਿੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਕਹਿੰਦੇ ਅਸੀਂ ਲਾਠੀਚਾਰਜ ਨਹੀਂ ਹੋਣਗੇ, ਧਰਨੇ ਲੱਗਣ ਹੀ ਨਹੀਂ ਦੇਣੇ। ਧਰਨੇ ਵੀ ਬਹੁਤ ਲੱਗੇ ਨੇ ਅਤੇ ਲਾਠੀਚਾਰਜ ਬਹੁਤ ਥਾਵਾਂ 'ਤੇ ਹੋ ਹਟੇ ਨੇ। ਅਸਲ ਦੇ ਵਿੱਚ ਇਨਕਲਾਬ ਦੀ ਗੱਲ ਕਰਕੇ ਫਿਰ ਜਿਹੜੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਸੀ ਪਹਿਲਾਂ ਵਾਲੇ ਸਿਸਟਮ ਤੋਂ ਵੱਖਰੀਆਂ, ਉਹ ਨੀਤੀ, ਉਹ ਪਹੁੰਚ ਸ਼ਾਇਦ ਆਮ ਆਦਮੀ ਪਾਰਟੀ ਕੋਲ ਨਹੀਂ ਸੀ। ਗੱਲਾਂ ਵੱਡੀਆਂ ਕਰ ਲਈਆਂ, ਹੁਣ ਅਮੋਲਕ ਸਿੰਘ ਹੋਰਾਂ ਦੀ ਅਤੇ ਹੋਰਨਾਂ ਦੀਆਂ ਜਿਹੜੀਆਂ ਵੀਡੀਓ ਆ ਰਹੀਆਂ ਨੇ ਉਹ ਬਹੁਤ ਵੱਡੇ ਸਵਾਲ ਖੜ੍ਹੇ ਕਰਦੀਆਂ ਨੇ। ਆਮ ਆਦਮੀ ਪਾਰਟੀ ਨੂੰ ਇਹਨਾਂ ਸਵਾਲਾਂ ਦੇ ਜਵਾਬਾਂ ਨੇ ਘੇਰਾ ਪਾ ਲੈਣਾ, ਬੁਰੀ ਤਰ੍ਹਾਂ ਫਸਣਾ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਅਜੇ ਵੀ ਵਕਤ ਰਹਿੰਦਿਆਂ ਥੋੜ੍ਹਾ ਜਿਹਾ ਸੰਭਲ ਜਾਣ। ਹਾਲਤ ਸੁਖਬੀਰ ਬਾਦਲ ਹੋਰਾਂ ਨਾਲੋਂ ਵੀ ਮਾੜੀ ਹੋ ਸਕਦੀ ਹੈ ਆਉਣ ਵਾਲੇ ਟਾਈਮ 'ਚ, ਕਿਉਂਕਿ ਜੇ ਪਬਲਿਕ ਦੇ ਮਨਾਂ 'ਚ ਇਹ ਗੱਲ ਬਹਿੰਦੀ ਜਾ ਰਹੀ ਹੈ ਵੀ ਯਾਰ ਇਹਨਾਂ ਤਾਂ ਪਹਿਲਾਂ ਨਾਲੋਂ ਐਡੇ ਐਡੇ ਸੁਪਨੇ ਦਿਖਾਏ, ਕਰੀ ਕੀ ਜਾਂਦੇ ਨੇ। ਅਮੋਲਕ ਸਿੰਘ ਹੋਰਾਂ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਵੀ ਇਹ ਵੀਡੀਓ 'ਚ ਐਡੀ ਵੀ ਕਿਹੜੀ ਗੱਲ ਕਹਿਤੀ ਹੈ, ਪਰ ਗੱਲ ਬਹੁਤ ਵੱਡੀ ਹੈ, ਨਿਰਪੱਖਤਾ ਨਾਲ ਸੋਚ ਕੇ ਦੇਖਿਓ। ਪਹਿਲਾਂ ਨੇ ਧੱਕਾ ਕੀਤਾ, ਮੈਂ ਤਾਂ ਕਹਿੰਦਾ ਕੀਤਾ, ਪਰ ਤੁਹਾਨੂੰ ਉਹਨਾਂ ਦੇ ਪਦ ਜਿਨ੍ਹਾਂ 'ਤੇ ਤਾਂ ਨਹੀਂ ਚੱਲਣਾ ਚਾਹੀਦਾ ਸੀ। ਤੁਸੀਂ ਗੱਲ ਭਗਤ ਸਿੰਘ ਦੀ ਕਰਦੇ ਸੀ, ਖਟਖੜ ਕਲਾਂ ਜਾ ਕੇ ਸਹੁੰ ਚੁੱਕਦੇ ਸੀ, ਤੁਹਾਨੂੰ ਤਾਂ ਉੱਦਾਂ ਦੇ ਡੈਮੋਕ੍ਰੇਟਿਕ ਲੋਕਤੰਤਰਕ ਪਹੁੰਚ ਬਣਾਉਣੀ ਚਾਹੀਦੀ ਸੀ। ਬਹੁਤ ਮਿਹਰਬਾਨੀ, ਸ਼ੁਕਰੀਆ।